ਗੁਰੂ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਅੱਜ ਚਾਈਨਿਸ ਨਿਊ ਇਅਰ ਦੀ ਲੱਖ ਲੱਖ ਵਧਾਈ ਹੋਵੇ ਵੈਸੇ ਤਾਂ ਸਿੱਖਾਂ ਲਈ ਤਾਂ ਸਾਰੇ ਦਿਨ ਇੱਕੋ ਜਿਹਾ ਪਰ ਆਪਾਂ ਚਲੋ ਹਾਂਗਕਾਂਗ ਦੇ ਵਿੱਚ ਰਹਿੰਦੇ ਆ ਤੇ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਸਾਰਿਆਂ ਨੂੰ ਕੁੰਗ ਹੈ ਫਾਛ ਹੋਏ ਕਹੀਏ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਦਾਸ ਨੂੰ ਪਿਛਲੀ ਮੀਟਿੰਗ ਦੇ ਵਿੱਚ ਬਿਲਡਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਹੁਕਮ ਹੋਇਆ ਸੀ ਕਿ ਜਿਹੜਾ ਆਪਣਾ ਇਹ ਬਿਲਡਿੰਗ ਪ੍ਰੋਜੈਕਟ ਆ ਇਹਦੇ ਚ ਸੰਗਤ ਨੂੰ ਬਰੀਫ ਕੀਤਾ ਜਾਵੇ ਵੀ ਆਪਾਂ ਕਿੱਥੇ ਕੋ ਪਹੁੰਚ ਗਏ ਕੀ ਆਪਣੇ ਕੰਮ ਰਹਿੰਦੇ ਆ ਗਾਂ ਆਪਣੇ ਫਿਊਚਰ ਦੇ ਕੀ ਪਲਾਨ ਆ ਵੈਸੇ ਜਿਹੜੀ ਆਪਣੀ ਇਹ ਬਿਲਡਿੰਗ ਆ ਆਪਾਂ ਦੇਖਣ ਨੂੰ ਇਹ ਬਿਲਡਿੰਗ ਅਜ ਤੋਂ 2 ਮਹੀਨੇ ਪਹਿਲਾਂ ਖੋਲ ਲਈ ਆ ਪਰ ਆਪਣੇ ਹਿਸਾਬ ਦੇ ਨਾਲ ਇਹ ਬਿਲਡਿੰਗ ਅਜੇ 98% ਹੀ ਕੰਪਲੀਟ ਆ ਕਿਉਂਕਿ ਜਦੋਂ ਬਿਲਡਿੰਗ ਆਪਾਂ ਖੋਲ ਲਈ ਉਸ ਤੋਂ ਬਾਅਦ ਆਪਾਂ ਨੂੰ ਪਤਾ ਲੱਗਦਾ ਕਿ ਬਿਲਡਿੰਗ ਦੇ ਵਿੱਚ ਹਰ ਕੋਈ ਕਿਤੇ ਵੀ ਬਿਲਡਿੰਗ ਹੋਵੇ ਉਹਦੇ ਵਿੱਚ ਊਨਤਾਈਆਂ ਹੁੰਦੀਆਂ ਡੀਫੈਕਟਸ ਹੁੰਦੇ ਆ ਤੇ ਆਪਾਂ ਵੀ 2-3 ਦਿਨ ਲਾ ਕੇ ਆਪਾਂ ਮੈਨੇਜਮੈਂਟ ਕਮੇਟੀ ਸੈਕਟਰੀ ਸਾਹਿਬ ਬਿਲਡਿੰਗ ਕਮੇਟੀ ਦੇ ਸਿੰਘ ਉਹ ਅਸੀਂ ਤੇ ਅਸੀਂ ਸਾਰੇ ਡੀਫੈਕਟਸ ਦੇਖੇ ਤੇ ਉਹ ਲਿਸਟ ਬਣਾਈ ਵੀ ਕਈ ਜਗ੍ਹਾ ਤੇ ਆ ਹੋ ਸਕਦਾ ਕੋਈ ਟਾਇਲ ਟੁੱਟੀ ਹੋਈ ਆ ਕਈ ਜਗ੍ਹਾ ਤੇ ਜਿਹੜੇ ਟਾਇਲਾਂ ਦੇ ਜੋਇੰਟ ਆ ਉਹ ਨਹੀਂ ਸਹੀ ਕਿਤੋਂ ਪਾਣੀ ਜਿਹੜਾ ਉਹਦਾ ਫਲੋ ਨਹੀਂ ਵਧੀਆ ਕਿਤੋਂ ਕੋਈ ਮਟੀਰੀਅਲ ਨਹੀਂ ਸਹੀ ਲੱਗਾ ਜਿਵੇਂ ਕਿ ਗਰਾਉਂਡ ਫਲੋਰ ਦਾ ਜਿਹੜਾ ਮਾਰਬਲ ਆ ਉਹੋ ਸਹੀ ਨਹੀਂ ਲੱਗਾ ਉਹ ਪੀਲਾ ਹੋਣਾ ਸ਼ੁਰੂ ਹੋ ਗਿਆ ਤੇ ਉਸ ਕਰਕੇ ਫਿਰ ਆਪਾਂ ਉਹ ਜਿਹੜੀ ਡੀਫੈਕਟ ਲਿਸਟ ਆ ਉਹ ਆਪਣੇ ਕੋਲੇ ਜਿਹੜੀਆਂ ਮੇਜਰ ਡੀਫੈਕਟ ਸੀਗੇ ਉਹ ਤਕਰੀਬਨ 96 ਕ ਡੀਫੈਕਟ ਸੀਗੇ ਜਿਹੜੇ ਕਿ ਜ਼ਰੂਰ ਰੈਕਟੀਫਾਈ ਕਰਨ ਵਾਲੇ ਵੈਸੇ ਤਾਂ ਜਿਹੜੀ ਡੀਫੈਕਟ ਲਿਸਟ ਮਾਈਨਰ ਡੀਫੈਕਟਸ ਤਾਂ 400 ਤੋਂ ਉੱਪਰ ਸੀ ਤੇ ਉਹ ਜਿਹੜੀਆਂ ਕੰਪਨੀ ਆ ਉਹ ਜਿਹੜੇ ਆਪਣੇ ਕੰਟਰੈਕਟਰ ਆ ਉਹ ਆਪਣੇ ਕੋਲੇ ਇੱਥੇ 6 ਮਹੀਨੇ ਉਹਨਾਂ ਨੇ ਆਪਦਾ ਆਫਿਸ ਰੱਖਿਆ ਉਹਨਾਂ ਦਾ ਸਟਾਫ ਇੱਥੇ ਕੰਮ ਕਰ ਰਿਹਾ ਉਹ ਸਾਰੇ ਜਿਹੜੇ ਡੀਫੈਕਟਸ ਆ ਉਹਨਾਂ ਤੇ ਉਹ ਕੰਮ ਕਰ ਰਹੇ ਆ ਜਿੱਥੇ ਰੈਕਟੀਫਿਕੇਸ਼ਨ ਦੀ ਲੋੜ ਆ ਉਹ ਕਰ ਰਹੇ ਆ ਔਰ ਜਿਹੜੇ ਮੇਜਰ ਡੀਫੈਕਟਸ ਆ ਉਹ ਉਹਨਾਂ ਤੇ ਹੁਣ ਕੰਮ ਸ਼ੁਰੂ ਹੋਏਗਾ ਔਰ ਆਪਾਂ ਉਹਨਾਂ ਦੀ ਜਿਹੜੀ ਪੇਮੈਂਟ ਆ ਉਹ ਆਪਾਂ ਪਿਛਲੇ 2-3 ਮਹੀਨਿਆਂ ਤੋਂ ਸਸਪੈਂਡ ਕੀਤੀ ਹੋਈ ਆ ਕਿਉਂਕਿ ਆਪਾਂ ਜੇ ਉਹਨਾਂ ਦਾ ਤਕਰੀਬਨ 30 ਮਿਲੀਅਨ ਡਾਲਰ ਜੇ ਆਪਾਂ ਉਹਨਾਂ ਦਾ ਨਹੀਂ ਦਿੱਤਾਗਾ ਤੇ ਆਪਾਂ ਹੋਲਡ ਕੀਤਾ ਹੋਇਆ ਕਿ ਜਿੰਨਾ ਚਿਰ ਸਾਨੂੰ ਸਾਰੀ ਅਸੀਂ ਸੈਟੀਸਫਾਈ ਨਹੀਂ ਹੁੰਦੇਗੇ ਸਾਡੀ ਬਿਲਡਿੰਗ ਪੂਰੀ ਤਰ੍ਹਾਂ ਜਿਹੇ ਜੀ ਅਸੀਂ ਸੋਚੀ ਆ ਉਹੇ ਜੀ ਬਿਲਡਿੰਗ ਤਿਆਰ ਹੋਵੇ ਉਹੇ ਜਿਹਾ ਸਾਰਾ ਕੰਪਲੀਟ ਕਰੋ ਤੇ ਫਿਰ ਆਪਾਂ ਉਹਨਾਂ ਦੀ ਸਾਰੀ ਪੇਮੈਂਟ ਕਰ ਦਿਆਂਗੇ ਔਰ ਪਿਛਲੇ ਹਫਤੇ ਵੀ ਅਸੀਂ ਚਾਰ ਪੰਜ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਤੇ ਹੁਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੱਕ ਦੋ ਹਫਤੇ ਤਾਈਂ ਕੰਮ ਚੱਲੇਗਾ ਹੋ ਸਕਦਾ ਆਪਾਂ ਨੂੰ ਜਿਹੜਾ ਗਰਾਉਂਡ ਫਲੋਰ ਦਾ ਮਾਰਬਲ ਆ ਉਹ ਸਾਰਾ ਮਾਰਬਲ ਹੀ ਆਪਾਂ ਨੂੰ ਪੱਟ ਕੇ ਦਵਾਰਾ ਲਗਾਉਣਾ ਪੈਗਾ ਪਰ ਉਹਨਾਂ ਦੇ ਖਰਚ ਤੇ ਹੀ ਹੋਏਗਾ ਆਪਾਂ ਨੂੰ ਗੁਰਦੁਆਰਾ ਸਾਹਿਬ ਤੇ ਕੋਈ ਉਹਦਾ ਐਕਸਟਰਾ ਖਰਚ ਨਹੀਂ ਪਵੇਗਾ ਕਿਉਂਕਿ ਜਿਹੜੇ ਡੀਫੈਕਟਸ ਆ ਉਹਨਾਂ ਦੀ ਜ਼ਿੰਮੇਵਾਰੀ ਆ ਜਾਂ ਜਿਵੇਂ ਕਿਚਨ ਦੇ ਵਿੱਚ ਪਾਣੀ ਦਾ ਫਲੋ ਨਹੀਂ ਵਧੀਆ ਹੋ ਰਿਹਾ ਉੱਥੇ ਵੀ ਕੰਮ ਚੱਲ ਰਿਹਾ ਵਾਸ਼ਰੂਮਾਂ ਦੇ ਵਿੱਚ ਵੀ ਇੰਪਰੂਵਮੈਂਟ ਉਹ ਕਰਨਗੇ ਔਰ ਉਸ ਦੇ ਨਾਲ ਇੱਕ ਡੀਫੈਕਟਸ ਹੁੰਦੇ ਇੱਕ ਆਪਾਂ ਇੰਪਰੂਵਮੈਂਟ ਕਰਨੀ ਹੈ ਬਿਲਡਿੰਗ ਦੇ ਵਿੱਚ ਜਿਵੇਂ ਆਪਾਂ ਜਦੋਂ ਬਿਲਡਿੰਗ ਸ਼ੁਰੂ ਕੀਤੀ ਸੀ ਉਦੋਂ ਆਪਣਾ ਜਿਹੜਾ ਬਜਟ ਸੀਗਾ ਉਹ ਆਪਣਾ ਥੋੜਾ ਲਿਮਿਟਿਡ ਸੀ ਉਦੋਂ ਆਪਾਂ ਨੂੰ ਸੀ ਕਿ ਆਪਾਂ ਇੰਨਾ ਕੀ ਅਫੋਰਡ ਕਰ ਸਕਦੇ ਆ ਹੁਣ ਵਾਹਿਗੁਰੂ ਦੀ ਕਿਰਪਾ ਸੇਵਾ ਇਕੱਠੀ ਹੋ ਗਈ ਆ ਹੁਣ ਆਪਾਂ ਇਹਦੇ ਚ ਕਾਫੀ ਇੰਪਰੂਵਮੈਂਟ ਕਰ ਰਹੇ ਆ ਜਿਵੇਂ ਕਿ ਹੁਣ ਸੰਗਤਾਂ ਦੇਖ ਹੀ ਰਹੀ ਹੋਣਗੀਆਂ ਕਿ 2 ਮਹੀਨੇ ਹੋ ਗਏ ਬਿਲਡਿੰਗ ਖੁੱਲੀ ਨੂੰ ਅਜੇ ਤੱਕ ਕਲੌਕ ਕਿਉਂ ਨਹੀਂ ਲਗਾਏ ਗਏ ਕਿਉਂਕਿ ਆਪਣਾ ਵਿਚਾਰ ਸੀਗਾ ਕਿ ਗੁਰੂ ਘਰ ਦੇ ਵਿੱਚ ਜੇ ਕਲੌਕ ਲਾਈਏ ਜਾਂ ਤਾਂ ਰੋਲਿਕਸ ਦੇ ਲਾਈਏ ਜਾਂ ਓਮੀਗਾ ਦੇ ਲਾਈਏ ਆਪਾਂ ਜਿਹੜੇ ਲੋਕਲ ਸਪਲਾਈਅਰ ਆ ਉਹਨਾਂ ਦੇ ਕੋਲੇ ਪਤਾ ਕੀਤਾ ਤੇ ਉਹਨਾਂ ਦੇ ਕੋਲੋਂ ਉਹ ਕਹਿੰਦੇ ਵੀ ਅਸੀਂ ਇੱਥੇ ਲੋਕਲ ਇਹ ਚੀਜ਼ਾਂ ਨਹੀਂ ਵੇਚਦੇਗੇ ਹੁਣ ਆਪਾਂ ਉਹ ਕਲੌਕ ਜਿਹੜੇ ਇੰਪੋਰਟ ਕਰਾ ਰਹੇ ਆਂ ਤੇ ਉਹ ਜਿਹੜੇ ਕਲੌਕ ਆ ਉਹ 11 ਫਰਵਰੀ ਨੂੰ ਆਪਣੇ ਕੋਲ ਆ ਜਾਣਗੇ ਉਹ ਅਮੀਗਾ ਦੇ ਕਲੌਕ ਆਪਾਂ ਇੰਪੋਰਟ ਕਰਾ ਰਹੇ ਆਂ ਔਰ ਉਹ ਕਲੌਕ ਇੱਕ ਕਲੌਕ ਤਕਰੀਬਨ 25000 ਡਾਲਰ ਦਾ ਹਾਂਗਕਾਂਗ ਦਾ ਬਣਿਆ ਤੇ ਉਹਦੀ ਦੋ ਕਲੌਕਸ ਦੀ ਸੇਵਾ ਜਿਹੜੀ ਆ 322 ਦੀ ਸੰਗਤ ਨੇ ਲਈ ਆ 50000 ਡਾਲਰ ਦੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਫਰਵਰੀ ਦੇ ਅੱਧ ਦੇ ਵਿੱਚ ਆਪਣੇ ਉਹ ਜਿਹੜੇ ਕਲੌਕਸ ਲੱਗ ਜਾਣਗੇ ਜਾਂ ਜਿਵੇਂ ਨਿਸ਼ਾਨ ਸਾਹਿਬ ਵੀ ਆ ਨਿਸ਼ਾਨ ਸਾਹਿਬ ਵੀ ਆਪਾਂ ਕੋਸ਼ਿਸ਼ ਕਰ ਰਿਹਾ ਕਿ ਇਹਨੂੰ ਹੋਰ ਉੱਚਾ ਕਰੀਏ ਔਰ ਇਹਨੂੰ ਹਾਈਡਰੋਲਿਕ ਕਰੀਏ ਇਹਦੇ ਬਾਰੇ ਅਸੀਂ ਯੂ ਐਸ ਏ ਤੋਂ ਵੀ ਕੰਪਨੀਆਂ ਨਾਲ ਗੱਲ ਕੀਤੀ ਆ ਚైనా ਵਿੱਚ ਵੀ ਕੀਤੀ ਆ ਇੰਡੀਆ ਵਿੱਚ ਵੀ ਕੀਤੀ ਆ ਤੇ ਉਹਦੇ ਤੇ ਵੀ ਅਜੇ ਕੰਮ ਚੱਲ ਰਿਹਾ ਇਸ ਕਰਕੇ ਨਿਸ਼ਾਨ ਸਾਹਿਬ ਵੀ ਜਿਹੜਾ ਆਪਾਂ ਥੋੜਾ ਲੇਟ ਚੜਾਇਆ ਇਹਦਾ ਕਾਰਨ ਇਹੀ ਸੀ ਕਿ ਇਹਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਇਹਨੂੰ ਹਾਈਡਰੋਲਿਕ ਨਿਸ਼ਾਨ ਸਾਹਿਬ ਹੋਵੇ ਤਾਂ ਕਿ ਸੇਫਟੀ ਵੀ ਹੋਵੇ ਔਰ ਨਿਸ਼ਾਨ ਸਾਹਿਬ ਆਪਣਾ ਉੱਚਾ ਵੀ ਹੋਵੇ ਔਰ ਇਸ ਦੇ ਨਾਲ ਹੀ ਜਿਹੜੀ ਆਪਣੀ ਫੇਸ ਟੂ ਆ ਨਵੀ ਉਧਰ ਪੁਰਾਣੀ ਬਿਲਡਿੰਗਾਂ ਉਹਦੇ ਤੇ ਵੀ ਆਪਾਂ ਉਹਦੀ ਆਪਾਂ ਰੈਨੋਵੇਸ਼ਨ ਕਰਨੀ ਆਪਣਾ ਪਲਾਨ ਹੈ ਕਿ ਪੇਸਟੂ ਦੇ ਵਿੱਚ ਆਪਾਂ ਉਹ ਸਾਰੀ ਬਿਲਡਿੰਗ ਦਾ ਸਿਰਫ ਜਿਹੜਾ ਉਹਦਾ ਬਾਹਰਲਾ ਸਕਿਲਟਨ ਹੀ ਰੱਖਣਾ ਬਾਕੀ ਅੰਦਰੋਂ ਸਾਰੀ ਬਿਲਡਿੰਗ ਨੂੰ ਉਹਦੇ ਕਮਰੇ ਤੋੜ ਕੇ ਉਹਨੂੰ ਦੁਬਾਰਾ ਆਪਾਂ ਰੀਡਵੈਲਪ ਕਰਨਾ ਉੱਥੋਂ ਤੇ ਉਹਦਾ ਵੀ ਆਪਾਂ ਬਜਟ ਤਕਰੀਬਨ 12 ਤੋਂ 15 ਮਿਲੀਅਨ ਰੱਖਿਆ ਹੋਇਆ ਔਰ ਉਹਦਾ ਵੀ ਜਿਹੜਾ ਬਿਲਡ ਆਪਾਂ ਅਪਲਾਈ ਕੀਤਾ ਉਹਦੇ ਵਾਸਤੇ ਰੈਨੋਵੇਸ਼ਨ ਵਾਸਤੇ ਤੇ ਬਿਲਡਿੰਗ ਡਿਪਾਰਟਮੈਂਟ ਆ ਕੇ ਇਨਸਪੈਕਸ਼ਨ ਕਰ ਗਈ ਆ ਵਰਬਲੀ ਸਾਨੂੰ ਉਹ ਕਹਿ ਗਈ ਆ ਕਿ ਉਹ ਸਾਰਾ ਜਿਹੜਾ ਆਪਾਂ ਕਰਨਾ ਚਾਹੁੰਦੇ ਆ ਠੀਕ ਆ ਪਰ ਹੋ ਸਕਦਾ ਵਾਇਗਰੂ ਦੀ ਕਿਰਪਾ ਦੇ ਨਾਲ ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਆਪਾਂ ਨੂੰ ਉਹਦੀ ਅਫੀਸ਼ੀਅਲ ਅਪਰੂਵਲ ਮਿਲ ਜਾਏਗੀ ਔਰ ਜਦੋਂ ਅਪਰੂਵਲ ਮਿਲ ਗਈ ਫਿਰ ਆਪਾਂ ਮਾਰਚ ਤੱਕ ਉਹਦਾ ਵੀ ਕੰਮ ਆਪਾਂ ਸ਼ੁਰੂ ਕਰ ਦਿਆਂਗੇ ਔਰ ਜੋ ਸੇਵਾ ਕਿਉਂਕਿ ਵਾਇਗਰੂ ਦੀ ਕਿਰਪਾ ਦੇ ਨਾਲ ਆਹ ਬਿਲਡਿੰਗ ਲਈ ਤਾਂ ਆਪਣੀ ਸੇਵਾ ਪੂਰੀ ਹੈਗੀ ਆਪਣੇ ਕੋਲੇ ਮਹਾਰਾਜ ਦੀ ਕਿਰਪਾ ਔਰ ਨਵੀਂ ਬਿਲਡਿੰਗ ਵਾਸਤੇ ਵੀ ਉਧਰ ਦੂਸਰੀ ਬਿਲਡਿੰਗ ਵਾਸਤੇ ਆਪਾਂ ਨੂੰ ਤਕਰੀਬਨ ਅਜੇ 8-10 ਮਿਲੀਅਨ ਹੋਰ ਚਾਹੀਦਾ ਸੰਗਤਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਆਟੋਪੇ ਕਰਾਇਆ ਜਾਂ ਜਿਨ੍ਹਾਂ ਨੇ ਅਜੇ ਸੇਵਾ ਨਹੀਂ ਦਿੱਤੀ ਉਹ ਆਪਦੀ ਸੇਵਾ ਜਰੂਰ ਭੇਜਦੇ ਰਹੋ ਔਰ ਤਕਰੀਬਨ 6-7 ਮਿਲੀਅਨ ਜਿਹੜਾ ਪਲੇਸਟ ਅਮਾਉਂਟ ਆ ਉਹ ਵੀ ਅਜੇ ਨਹੀਂ ਪਹੁੰਚਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਆਪਦੀ ਜਿਹੜੀ ਸੇਵਾ ਉਹ ਸਮੇਂ ਸਿਰ ਪਹੁੰਚਦੀ ਕਰੋ ਤਾਂ ਕਿ ਉਹ ਜਿਹੜੀ ਉਧਰਲੀ ਬਿਲਡਿੰਗਾਂ ਉਹਦਾ ਕੰਮ ਆਪਾਂ ਸਮੇਂ ਸਿਰ ਸ਼ੁਰੂ ਕਰ ਸਕੀਏ ਔਰ ਜੋ ਆਪਣੀ ਲਾਇਬ੍ਰੇਰੀ ਆ ਜਦੋਂ ਆਪਾਂ ਬਿਲਡਿੰਗ ਬਣਾਉਣ ਲੱਗੇ ਸੀ ਆਪਾਂ ਲਾਇਬ੍ਰੇਰੀ ਬਾਰੇ ਸੋਚਿਆ ਸੀ ਕਿ ਲਾਇਬ੍ਰੇਰੀ ਆਪਾਂ ਨਾਰਮਲ ਬੁੱਕਸ ਰੱਖ ਕੇ ਤਾਂ ਆਪਾਂ ਲਾਇਬ੍ਰੇਰੀ ਬਣਾ ਲੈਨੇ ਆ ਪਰ ਆਪਣਾ ਇੱਕ ਆਈਡੀਆ ਸੀਗਾ ਕਿ ਲਾਇਬ੍ਰੇਰੀ ਨੂੰ ਆਪਾਂ ਡਿਜੀਟਲ ਲਾਇਬ੍ਰੇਰੀ ਬਣਾਈਏ ਕਿਉਂਕਿ ਇਹ ਜਿਹੜੀਆਂ ਆਪਣੇ ਨਾਰਮਲ ਕਿਤਾਬਾਂ ਹੁੰਦੀਆਂ ਉਹ ਟਾਈਮ ਪਾ ਕੇ ਉਹ ਵਿਰਧ ਹੋ ਜਾਂਦੀਆਂ ਫਿਰ ਕੀੜਾ ਵੀ ਲੱਗ ਜਾਂਦਾ ਤੇ ਆਪਣਾ ਵਿਚਾਰ ਸੀਗਾ ਕਿ ਜਿਹੜੇ ਕਈ ਪੁਰਾਣੇ ਗ੍ਰੰਥਾ ਪੁਰਾਤਨ ਗ੍ਰੰਥਾ ਜਾਂ ਆਪਣੇ ਕੋਲੇ ਪੁਰਾਤਨ ਕਿਤਾਬਾਂ ਉਹਨਾਂ ਨੂੰ ਕਿਸੇ ਤਰ੍ਹਾਂ ਸਕੈਨ ਕਰਕੇ ਡਿਜੀਟਲ ਕਰਕੇ ਉਹਨਾਂ ਦੀਆਂ ਸੌਫਟ ਕਾਪੀਆਂ ਬਣਾਈਆਂ ਜਾਣ ਔਰ ਸਭ ਤੋਂ ਪਹਿਲਾਂ ਦਾਸ ਨੇ ਇਹ ਵਿਚਾਰ ਸਾਡੇ ਅੱਜ ਨਾਲ ਆਏ ਹੋਇਆ ਮਿਸਟਰ ਪ੍ਰਕਾਸ਼ ਪੂਪਾਟਕਰ ਜੀ ਇਹਨਾਂ ਨੇ ਵਿਚਾਰ ਕੀਤੀ ਸੀ ਸੰਗਤਾਂ ਨੂੰ ਦੱਸ ਦਈਏ ਕਿ ਪ੍ਰਕਾਸ਼ ਜੀ ਇਹ ਚੇਲਾ ਰਾਮ ਫਾਊਂਡੇਸ਼ਨ ਦੇ ਟਰਸਟੀ ਵੀ ਆ ਤੇ ਡਾਇਰੈਕਟਰ ਵੀ ਆ ਔਰ ਇਹਨਾਂ ਨੇ ਫਿਰ ਕਿਹਾ ਕਿ ਇਸਲਾਬ ਬਹੁਤ ਵਧੀਆ ਤੇ ਜਿਹੜੀ ਡਿਜੀਟਲ ਲਾਇਬ੍ਰੇਰੀ ਆ ਇਹਦੀ ਸੇਵਾ ਚੇਲਾ ਰਾਮ ਫਾਊਂਡੇਸ਼ਨ ਨੇ ਲਈ ਸੀ ਔਰ ਇਹਨਾਂ ਨੇ ਇਸ ਵਾਸਤੇ ਚੇਲਾ ਰਾਮ ਫਾਊਂਡੇਸ਼ਨ ਨੂੰ 4 ਮਿਲੀਅਨ ਦੀ ਸੇਵਾ ਕੀਤੀ ਗਈ ਔਰ ਇਕੱਲੀ ਸਿਰਫ ਪੈਸੇ ਦੀ ਸੇਵਾ ਨਹੀਂ ਕੀਤੀ ਜਦੋਂ ਦਾ ਇਹ ਆਪਣਾ ਕੰਮ ਚੱਲਦਾ ਆਪਣੀ ਜਿਹੜੀ ਟੀਮ ਹੈ ਉਹਦੇ ਵਿੱਚ ਇਹ 2-3 ਆਪਦੇ ਸਟਾਫ ਟੈਕਨੀਕਲ ਆਪਣੇ ਨਾਲ ਲਗਾਉਂਦੇ ਰਹੇ ਤਾਂ ਕਿ ਆਪਾਂ ਨੂੰ ਉਹ ਗਾਈਡ ਕਰ ਸਕਣ ਕਿ ਅਸੀਂ ਕਿਸ ਤਰ੍ਹਾਂ software develop ਕਰਨਾ ਹੈ ਕਿਹੇ ਜਆ ਸਾਨੂੰ ਹਾਰਡਵੇਅਰ ਚਾਹੀਦਾ ਹੁਣ ਵੈਗਰੂ ਦੀ ਕਿਰਪਾ ਨਾਲ ਜਿਹੜਾ ਆਪਣਾ ਹਾਰਡਵੇਅਰ ਆ ਉਹ ਸਾਰਾ ਆਪਾਂ ਖਰੀਦ ਲਿਆ ਲੱਗ ਚੁੱਕਾ ਹੈ ਜਿਹੜਾ software ਆ ਉਹ ਇੱਕ e class ਲਿਮਿਟਡ ਆ ਜੋ ਕਿ ਹਾਂਗਕਾਂਗ ਦੇ ਸਕੂਲਾਂ ਦੇ ਵਿੱਚ ਉਹ ਸੌਫਟਵੇਅਰ ਪ੍ਰੋਵਾਈਡ ਕਰਦੀ ਹੈ ਕੰਪਨੀ ਉਹਨਾਂ ਨੇ ਆਪਣੇ ਲਈ ਇਹ ਸੌਫਟਵੇਅਰ ਤਿਆਰ ਕੀਤਾ ਔਰ ਉਹ ਵੀ ਰੈਡੀ ਆ ਔਰ ਆਪਾਂ ਕੁਝ ਬੁੱਕਾਂ ਇੰਡੀਆ ਤੋਂ ਹੋਰ ਮੰਗਵਾਈਆਂ ਔਰ ਹੁਣ ਆਪਣਾ ਜਿਹੜੇ ਇੰਗਲਿਸ਼ ਦੀਆਂ ਬੁੱਕਾਂ ਉਹ ਅਸੀਂ ਸਾਰੀਆਂ ਸੌਫਟਵੇਅਰ ਦੇ ਵਿੱਚ ਪਾ ਲਈਆਂ ਜਿਹੜੀਆਂ ਪੰਜਾਬੀ ਦੀਆਂ ਕਿਤਾਬਾਂ ਉਹ ਆਪਾਂ ਉਹਨਾਂ ਤੇ ਕੰਮ ਚੱਲ ਰਿਹਾ ਹੋ ਸਕਦਾ ਵਾਇਗਰੂ ਦੀ ਕਿਰਪਾ ਦੇ ਨਾਲ ਆਉਣ ਵਾਲੇ ਮਹੀਨੇ ਦੇ ਵਿੱਚ ਉਹ ਸਾਰਾ ਕੰਮ ਕੰਪਲੀਟ ਹੋ ਜਾਏਗਾ ਔਰ ਉਸ ਤੋਂ ਬਾਅਦ ਜਿਹੜੀ ਆਪਣੀ ਲਾਇਬ੍ਰੇਰੀ ਆ ਫੁਲੀ ਫੰਕਸ਼ਨਲ ਹੋ ਜਾਏਗੀ ਉਸ ਤੋਂ ਬਾਅਦ ਜਦੋਂ ਆਪਾਂ ਫਿਰ ਕਿਤਾਬ ਵੀ ਲੈਣੀ ਆ ਲਾਇਬ੍ਰੇਰੀ ਚੋਂ ਤੇ ਉਹਦੇ ਉੱਤੇ 바ਰ ਕੋਡ ਲੱਗੀ ਹੋਏਗੀ ਆਪਾਂ ਨੂੰ ਕਾਰਡ ਦੇ ਕੇ 바ਰ ਕੋਡ ਦੇ ਨਾਲ ਆਪਾਂ ਬੁੱਕ ਇਸ਼ੂ ਕਰ ਸਕਦੇ ਆ 바ਰ ਕੋਡ ਦੇ ਨਾਲ ਹੀ ਬੁੱਕ ਰਿਟਰਨ ਹੋਊਗੀ ਔਰ ਜਿਹੜੀਆਂ ਬੁੱਕਸ ਆਪਾਂ ਨੂੰ ਹੈਗਾ ਕਿ ਸੌਫਟਵੇਅਰ ਬੁੱਕਸ ਉਹ ਆਪਾਂ ਹੋਰ ਲਾਇਬ੍ਰੇਰੀਆਂ ਜਿਹੜੀਆਂ ਉਹਨਾਂ ਨਾਲ ਵੀ ਰਾਬਤਾ ਕਰ ਰਹੇ ਆ ਕਿ ਆਪਣਾ ਵਿਚਾਰ ਆ ਵੀ ਘੱਟ ਤੋਂ ਘੱਟ ਆਪਣੇ ਕੋਲੇ 10000 ਸੌਫਟ ਕਾਪੀ ਹੋਵੇ ਔਰ ਹੋਰ ਵੀ ਜਿੰਨੀਆਂ ਵੀ ਆਪਾਂ ਨੂੰ ਰੇਅਰ ਬੁੱਕਸ ਕਿਤੋਂ ਮਿਲਦੀਆਂ ਉਹ ਵੀ ਲਿਆ ਕੇ ਆਪਾਂ ਇਹ ਗੁਰਦੁਆਰੇ ਦਾ ਜਿਹੜਾ ਲਾਇਬ੍ਰੇਰੀ ਦਾ ਖਜ਼ਾਨਾ ਉਹਦੇ ਵਿੱਚ ਵੱਧ ਤੋਂ ਵੱਧ ਬੁੱਕਾਂ ਆਪਾਂ ਇੱਥੇ ਸੇਵ ਕਰ ਸਕੀਏ ਔਰ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਜੇ ਤੁਹਾਡੇ ਕੋਲੇ ਪੰਜਾਬੀ ਦੀਆਂ ਜਾਂ ਕੋਈ ਵੀ ਬੱਚਿਆਂ ਨੇ ਇੰਗਲਿਸ਼ ਦੀਆਂ ਵੀ ਕਿਤਾਬਾਂ ਹੋਣ ਤੁਸੀਂ ਪੜ ਲੀਆਂ ਤੁਹਾਨੂੰ ਹੁਣ ਨਹੀਂ ਚਾਹੀਦੀਆਂ ਉਹ ਤੁਸੀਂ ਗੁਰਦੁਆਰਾ ਸਾਹਿਬ ਦੇ ਸਕਦੇ ਆ ਕਿਤਾਬਾਂ ਦੀ ਹਾਲਤ ਚੰਗੀ ਆ ਗੁਰਦੁਆਰਾ ਸਾਹਿਬ ਦੇ ਸਕਦੇ ਆ ਤੁਸੀਂ ਫਿਰ ਆਪਾਂ ਉਹ ਕਿਤਾਬਾਂ ਲਾਇਬ੍ਰੇਰੀ ਚ ਰੱਖ ਕੇ ਤਾਂ ਕਿ ਹੋਰ ਕਿਸੇ ਨੂੰ ਲੋੜ ਹੋਵੇ ਉਹ ਇੱਥੋਂ ਉਹ ਕਿਤਾਬਾਂ ਲੈ ਸਕਦੇ ਆ ਇਹ ਜਿਹੜਾ ਆਪਣਾ ਬਿਲਡਿੰਗ ਦਾ ਪ੍ਰੋਗਰਾਮ ਹੈ ਇਸ ਤਰ੍ਹਾਂ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਿਹਾ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਆਪਾਂ ਪਹਿਲਾਂ ਸਾਰਿਆਂ ਨੇ ਵੱਧ ਛੱਡ ਕੇ ਹਿੱਸਾ ਪਾ ਕੇ ਆਹ ਬਿਲਡਿੰਗ ਕੰਪਲੀਟ ਕੀਤੀ ਆ ਇਸੇ ਤਰ੍ਹਾਂ ਹੀ ਜਿਹੜੇ ਆਪਣੇ ਰੈਂਦੇ ਕਾਰਜਾ ਕਰਨੇ ਤਾਂ ਗੁਰੂ ਸਾਹਿਬ ਨੇ ਆ ਕਿਉਂਕਿ ਵਾਹਿਗੁਰੂ ਕਿਰਪਾ ਕਰਨ ਆਪਾਂ ਆਉਣ ਵਾਲੇ ਸਾਲ ਦੇ ਵਿੱਚ ਵਿੱਚ ਇਹ ਸਾਰੇ ਕੰਪਲੀਟ ਕਰਕੇ ਫਿਰ ਆਪਾਂ ਸਾਰੇ ਗੁਰੂ ਸਾਹਿਬ ਤੋਂ ਛੁੱਟੀਆਂ ਲਵਾਂਗੇ ਛੁੱਟੀਆਂ ਤਾਂ ਆਪਾਂ ਕਾਦੀਆਂ ਲੈਣੀਆਂ ਇਹ ਸੇਵਾ ਕੰਪਲੀਟ ਹੋ ਜੂ ਵਾਹਿਗੁਰੂ ਭਾਂਡੇ ਧੋਣ ਦੀ ਹੋਰ ਜੋੜੇ ਝਾੜਨ ਦੀ ਸੇਵਾ ਬਖਸ਼ਣ ਸੇਵਾ ਗੁਰੂ ਸਾਹਿਬ ਇਦਾਂ ਹੀ ਕਰਾਈ ਜਾਣ ਵਾਹਿਗੁਰੂ ਕਿਉਂਕਿ ਸੇਵਾ ਤਾਂ ਖੀਰਲੇ ਸਵਾਸਤਾ ਨਾਲ ਚੱਲਦੀ ਰਹੇ ਉਹੀ ਸਫਲਾ ਵਾਹਿਗੁਰੂ ਕਿਰਪਾ ਕਰਨੀ ਹੈ ਆਪਣੇ ਤੇ ਔਰ ਪਰ ਜਿਹੜਾ ਇਹ ਆਪਾਂ ਪ੍ਰੋਜੈਕਟ ਮਿਥੇ ਹੋਇਆ ਇਹਨਾਂ ਨੂੰ ਆਪਾਂ ਸਮੇਂ ਸਿਰ ਕੰਪਲੀਟ ਕਰ ਸਕੀਏ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਆਪਾਂ ਇਹਦੇ ਵਿੱਚ ਜ਼ਰੂਰ ਯੋਗਦਾਨ ਪਾਈਏ ਤਾਂ ਹੋਰ ਵੀ ਤੁਸੀਂ ਬਿਲਡਿੰਗ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਤੁਹਾਨੂੰ ਵੀ ਕੋਈ ਡੀਫੈਕਟ ਦਿਸਦਾ ਕਿ ਆਹ ਚੀਜ਼ ਨਹੀਂ ਸਹੀ ਲੱਗੀ ਜਾਂ ਆਹ ਚੀਜ਼ ਖਰਾਬ ਆ ਤੁਸੀਂ ਸਾਡੇ ਨਾਲ رابطہ ਕਰੋ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਸਹੀ ਕਰਾ ਸਕੀਏ ਭੁਲਚਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ